ਆਕਲੈਂਡ ਡਿਪੂ ਤੇ ਇੱਕ ਭਾਰਤੀ ਡਰਾਈਵਰ ਦੋ ਬੱਸਾਂ ਦੇ ਵਿਚਕਾਰ ਕੁਚਲਿਆ ਗਿਆ। 25 ਸਾਲਾ ਵਿਵੇਕ ਚੁੱਗ ਆਕਲੈਂਡ ਵਿੱਚ ਇੱਕ ਬੱਸ ਡਿਪੂ ਵਿੱਚ ਬ੍ਰੇਕ ਦੌਰਾਨ ਦੋ ਬੱਸਾਂ ਦੇ ਵਿਚਕਾਰ ਫਸ ਗਿਆ, ਜਿਸ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗ ਗਈਆਂ। ਚੁੱਗ ਜੋ ਕਿ 2019 ਵਿੱਚ ਇੱਕ ਵਿਦਿਆਰਥੀ ਦੇ ਰੂਪ ਵਿੱਚ ਨਿਊਜ਼ੀਲੈਂਡ ਆਇਆ ਸੀ ਅਤੇ ਪਿਛਲੇ 6 ਮਹੀਨਿਆਂ ਤੋਂ ਗੋ ਬੱਸ ਲਈ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਆਪਣੀ ਪਾਰਕ ਕੀਤੀ ਬੱਸ ਦੇ ਉਹ ਪਿੱਛੇ ਪੈਦਲ ਜਾ ਰਿਹਾ ਸੀ ਜਦੋਂ ਇੱਕ ਹੋਰ ਬੱਸ ਡਰਾਈਵਰ ਨੇ ਉਸ ਨੂੰ ਧੱਕਾ ਮਾਰ ਦਿੱਤਾ ਅਤੇ ਉਹ ਦੋ ਬੱਸਾਂ ਦੇ ਵਿਚਕਾਰ ਫਸ ਗਿਆ। ਐਮਰਜੈਂਸੀ ਸੇਵਾਵਾਂ ਬਾਰਡਰ ਡਰਾਈਵ ਤੇ ਮਾਂਗੇਰੇ ਬੱਸ ਸਟੇਸ਼ਨ ਤੇ ਪਹੁੰਚ ਗਈਆਂ, ਜਿੱਥੇ ਇਹ ਘਟਨਾ ਵਾਪਰੀ ਅਤੇ ਚੁੱਗ ਨੂੰ ਗੰਭੀਰ ਹਸਪਤਾਲ ਵਿੱਚ ਮਿਡਲਮੋਰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਘਟਨਾ ਤੋਂ ਬਾਅਦ ਮਦਦ ਲਈ ਉਸਦੇ ਦੋਸਤ ਕੁਨਾਲ ਭੱਲਾ ਨੂੰ ਹਸਪਤਾਲ ਸੱਦਿਆ ਗਿਆ। ਭੱਲਾ ਨੇ ਦਾ ਇੰਡੀਅਨ ਵੀਕੈਂਡਰ ਨੂੰ ਦੱਸਿਆ ਕਿ ਡਾਕਟਰਾਂ ਨੇ ਕਿਹਾ ਹੈ ਕਿ ਉਸਦਾ ਸਿਰ ਅਤੇ ਦਿਲ ਠੀਕ ਹੈ, ਪਰ ਉਸਦੇ ਸਰੀਰ ਦਾ ਹੇਠਲਾ ਹਿੱਸਾ ਬੁਰੀ ਤਰ੍ਹਾਂ ਨਾਲ ਕੁਚਲਿਆ ਗਿਆ ਹੈ ਅਤੇ ਉਸ ਨੂੰ ਤੁਰੰਤ ਸਰਜਰੀ ਦੀ ਲੋੜ ਹੈ। ਉਸਨੇ ਅੱਗੇ ਕਿਹਾ ਹੈ ਕਿ ਆਪਰੇਸ਼ਨ ਸਵੇਰ ਤੋਂ ਜਾਰੀ ਹੈ ਪਰ ਸਥਿਤੀ ਅਨਿਸ਼ਚਿਤ ਬਣੀ ਹੋਈ ਹੈ। ਚੁੱਗ ਦਾ ਰੂਮਮੇਟ ਸ੍ਰੇਸ਼ਟ ਮਲਹੋਤਰਾ ਵੀ ਆਪਣੇ ਦੋਸਤ ਦੀ ਹਾਲਤ ਬਾਰੇ ਸੁਣ ਕੇ ਹਸਪਤਾਲ ਪਹੁੰਚ ਗਿਆ। ਇਹ ਉਹੀ ਦੋਸਤ ਹੈ ਜਿਸ ਨਾਲ ਉਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਿਹਾ ਹੈ। ਉਸਦਾ ਬਾਕੀ ਪਰਿਵਾਰ ਭਾਰਤ ਦੇ ਵਿੱਚ ਹੈ ਅਤੇ ਉਹ ਨਹੀਂ ਜਾਣਦੇ ਕਿ ਇੱਥੇ ਕੀ ਹੋਇਆ ਹੈ। ਅਸੀਂ ਇਸ ਸਮੇਂ ਗੋਬਸ ਨਾਲ ਉਸਦੀ CCTV ਫੁਟੇਜ ਤੇ ਘਟਨਾ ਦੀ ਸਮੀਖਿਆ ਕਰਨ ਲਈ ਮੀਟਿੰਗ ਦੀ ਉਡੀਕ ਕਰ ਰਹੇ ਹਾਂ। ਕੁਨਾਲ ਇਸ ਘਟਨਾ ਬਾਰੇ ਚੁੱਗ ਦੇ ਪਰਿਵਾਰ ਨਾਲ ਸੰਪਰਕ ਵਿੱਚ ਹੈ ਅਤੇ ਉਹਨਾਂ ਦੇ ਵੀਜ਼ੇ ਦਾ ਪ੍ਰਬੰਧ ਵੀ ਕਰ ਰਿਹਾ ਹੈ ਤਾਂ ਜੋ ਆਪਣੇ ਬੇਟੇ ਨੂੰ ਆ ਕੇ ਮਿਲ ਸਕਣ ਅਤੇ ਉਸਦੀ ਹਾਲਤ ਦੇਖ ਸਕਣ। ਮੂਲ ਰੂਪ ਵਿੱਚ ਅੰਮ੍ਰਿਤਸਰ ਦਾ ਰਹਿਣ ਵਾਲਾ ਚੁੱਗ ਆਪਣੇ ਪਰਿਵਾਰ ਨੂੰ ਛੱਡ ਕੇ 2019 ਵਿੱਚ ਨਿਊਜ਼ੀਲੈਂਡ ਆ ਗਿਆ ਸੀ ਅਤੇ ਆਪਣੇ ਦੋਸਤ ਸ੍ਰੇਸ਼ਟ ਨਾਲ ਮਿਲ ਕੇ ਰਹਿ ਰਿਹਾ ਸੀ। ਚੁੱਗ ਨੇ ਆਪਣਾ ਓਪਨ ਵੀਜ਼ਾ ਪ੍ਰਾਪਤ ਕਰਨ ਤੋਂ ਬਾਅਦ ਕਈ ਸਾਰੀਆਂ ਨੌਕਰੀਆਂ ਕੀਤੀਆਂ। ਗੋਬਸ ਨੇ ਇਸ ਘਟਨਾ 'ਤੇ ਹਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਬਿਊਰੋ ਰਿਪੋਰਟ, NZ ਪੰਜਾਬੀ ਨਿਊਜ਼।